ਮੇਰੇ ਪਿਆਰੇ ਵਿਦਿਆਰਥੀ ਸਾਥੀਓ, ਅੱਜ ਮੈਂ ਤੇ ਮੇਰੀਆਂ ਸਹੇਲੀਆਂ ਤੁਹਾਨੂੰ ਭਾਰਤ ਦੇ ਵੱਖ ਵੱਖ ਰਾਜਧਾਨੀਆਂ ਬਾਰੇ ਕਵਿਤਾ ਵਿੱਚ ਦੱਸਣ ਜਾ ਰਹੀ ਹਾਂ। ਕਵਿਤਾ ਵਿੱਚ ਰਾਜਧਾਨੀ ਲੋਕਪਾਲ ਜੀ, ਪੰਜਾਬ ਦੇ ਹਰਿਆਣੇ ਦੀ ਹੈਗੀ ਹੈ ਚੰਡੀਗੜ੍ਹ ਜੀ, ਮਹਿੰਤਾ ਦੇ ਰਾਤ ਲੋਕਤੁਰ ਜੀ, ਅਸਮ ਦੀ ਹੈਗੀ ਦਿਸਪੁਰ ਜੀ। ਹੁਣ ਹੀ ਆਜ਼ਾਦ ਕਰੋ ਗੌਰ ਸਾਥੀਓ, ਕਰਨਾਟਕਾ ਦੀ ਰਾਜਧਾਨੀ ਹੈ ਬੰਗਲੌਰ ਸਾਥੀਓ, ਮਣੀਪੁਰ ਦੀ ਰਾਜਧਾਨੀ ਇੰਫਾਲ ਸਾਥੀਓ, ਮੱਧ ਪ੍ਰਦੇਸ਼ ਦੀ ਰਾਜਧਾਨੀ ਹੈ ਭੋਪਾਲ ਸਾਥੀਓ। ਹਮੇਸ਼ਾ ਤੁਰ ਖੱਬੇ ਪਾਸੇ ਰਾਜਸਥਾਨ ਦੀ ਰਾਜਧਾਨੀ ਹੈ ਜੈਪੁਰ, ਮੇਰੀ ਸਹੇਲੀ ਦਾ ਨਾਮ ਹੈ ਵਿਮਲਾ, ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਹੈ ਸ਼ਿਮਲਾ। ਪੜ੍ਹਨੇ ਦਾ ਰੱਖਿਓ ਜਨੂਨ ਪਿਆਰਿਓ, ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਪਿਆਰਿਓ, ਘੱਟ ਕੋਈ ਕਲਾ ਨਹੀਂ ਹੁੰਦੀ ਸਭ ਕੋਲ ਹੈ। ਮਿਜ਼ੋਰਮ ਦੀ ਰਾਜਧਾਨੀ ਆਇਜ਼ੋਲ ਹੈ। ਰਹੇ ਮੇਰਾ ਦੇਸ਼ ਆਵਾਜ਼, ਆਂਧਰਾ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ, ਬੈਰੀਲੇ ਅਸੀਂ ਫਨੀਅਰ ਨਾਇਕ, ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ, ਪੰਜਾਬ ਅੱਗੇ ਕੋਈ ਨਾ ਕਰ ਨਗਰ ਹੈ ਦੀ ਰਾਜਧਾਨੀ ਕੋਹੀਮਾ, ਮਿਹਨਤ ਕਰੋ ਨਾ ਆਵੇ ਥੋੜ, ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ। ਵੈਸੇ ਤਾਂ ਨਾ ਆਉਂਦਾ ਸਬਰ, ਗੁਜਰਾਤ ਦੀ ਰਾਜਧਾਨੀ ਗਾਂਧੀਨਗਰ, ਆਪਣਾ ਕੰਮ ਆਪਣੇ ਹੱਥੀਂ ਕਰ, ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ। ਸਿੱਖ ਲਵੋ ਤੂੰ ਕੰਨ ਨੂੰ ਲਾਉਣ ਵਾਲੀ ਕਲਾ, ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ, ਭਾਰਤ ਦੇਸ਼ ਦੇ ਵਾਸੀ ਹਾਂ, ਕੇਰਲਾ ਦੀ ਰਾਜਧਾਨੀ ਤ੍ਰਿਵੇਂਦਰਮ। ਰਿਸ਼ਵਤ ਲਹੂ ਪੀਂਦੀ ਹੈ ਜੋਗ, ਸ਼ਿਲਮ ਦੀ ਰਾਜਧਾਨੀ ਹੈ ਗਦੋਗ, ਨਾ ਸਹਿਣਾ ਨਾ ਕਰਨਾ ਜ਼ੁਲਮ ਜੁਗਮੁਵਾਕ, ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਹੈ ਈਟਾਨਗਰ। ਸਿਲੇਬਸ ਆਪਣਾ ਕਰ ਲਓ ਕਵਰ, ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ, ਸਹਿਪਾਠੀਆਂ ਨਾਲ ਰੱਖੋ ਨਾਤਾ, ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ। ਹੌਲੀ ਹੌਲੀ ਕੱਪ ਦਾ ਗਿਆਨ ਵੰਡਦੀ, ਪੰਜ ਗੁਰਾਂ ਦੀ ਰਚੀ ਝਾਰਖੰਡ ਦੀ, ਮਾਣਾ ਉੱਤੇ ਗਿਆਨ ਵਾਲਾ ਮਦੋ ਵਟਣਾ, ਵਿਆਹ ਦੀ ਰਾਜਧਾਨੀ ਸ਼ਹਿਰ। ਤਾਮਿਲਨਾਡੂ ਦੀ ਹੈ ਚੇਨਈ ਲਿਖਣੀ, ਮਹਾਰਾਸ਼ਟਰ ਦੀ ਹੈ ਮੁੰਬਈ ਲਿਖਣੀ, ਯਾਦ ਕਰੋ ਰਾਜਧਾਨੀ ਪਉ ਦੱਸਣੀ, ਯੂਪੀ ਦੀ ਕੋਈ ਪੁੱਛੇ ਤਾਂ ਲਖਨਊ ਦੱਸਣੀ। ਧੰਨਵਾਦ।